ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਅਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ 1 ਸਤੰਬਰ ਤੋਂ ਗੈਸ ਦੀਆਂ ਕੀਮਤਾਂ ਤੋਂ ਲੈ ਕੇ ਹੁਣ ਜਾ ਰਹੇ ਹਨ ਇਹ ਵੱਡੇ ਬਦਲਾਅ ਹੋ ਜਾਓ ਤਿਆਰ ਸੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਤੁਹਾਨੂੰ ਪਤਾ ਲੱਗ ਜਾਵੇਗਾ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ 1 ਕਸਤੰਬਰ 2021 ਯਾਨੀ ਕਿ ਅੱਜ ਤੋਂ ਰੋਜ਼ਾਨਾ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਕਈ ਵੱਡੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ ਤੇ ਵੱਡੀ ਗੱਲ ਇਹ ਹੈ ਕਿ ਇਹਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਤੇ ਪਵੇਗਾ ਈਪੀਐਫ ਤੋਂ ਲੈ ਕੇ ਕਲੀਅਰਿੰਗ ਨਿਜਮਾ ਵਿਆਜ ਐਲਪੀਜੀ ਨਿਜਮਾ ਕਾਰ ਚਲਾਉਣ ਅਤੇ ਗੂਗਲ ਦੀਆਂ ਸੇਵਾਵਾਂ ਆਦਿ ਇਹ ਵਿੱਚ ਇਸ ਮਹੀਨੇ ਬਦਲਾਅ ਹੋਣ ਜਾ ਰਿਹਾ ਆਓ ਜਾਣਦੇ ਹਾਂ ਇਹਨਾਂ ਦੇ ਬਾਰੇ ਵਿੱਚ PF ਨਿਯਮਾਂ ਦੇ ਵਿੱਚ ਮਹੱਤਵਪੂਰਨ ਬਦਲਾਅ 1 ਸਤੰਬਰ ਤੋਂ ਜੇਕਰ ਤੁਹਾਡਾ ਯੂਨੀਵਰਸਲ ਅਕਾਊਂਟ ਨੰਬਰ ਤੁਹਾਡੇ ਆਧਾਰ ਕਾਰਡ ਦੇ ਨਾਲ ਜੁੜਿਆ ਹੋਇਆ ਨਹੀਂ ਹੈ ਤਾਂ ਮਾਲਕ ਤੁਹਾਡੇ PF ਖਾਤੇ ਵਿੱਚ ਕ੍ਰੈਡਿਟ ਨਹੀਂ ਦੇ ਸਕੇਗਾ ਤੇ ਕਰਮਚਾਰੀ ਭਵਿੱਖ ਨਿਰੀ ਸੰਗਠਨ ਨੇ EPF ਖਾਤਾ ਧਾਰਕਾਂ ਦੇ ਲਈ 1 ਸਤੰਬਰ 2021 ਤੋਂ ਪਹਿਲਾਂ ਆਧਾਰ ਨੂੰ UAN ਨੰਬਰ ਦੇ ਨਾਲ ਜੋੜਨਾ ਲਾਜ਼ਮੀ ਕਰ ਦਿੱਤਾ ਗਿਆ ਹੈ ਚੈੱਕ ਕਲੀਅਰਿੰਗ ਸਿਸਟਮ ਵਿੱਚ ਬਦਲਾ ਜੇ ਤੁਸੀਂ ਚੈੱਕ ਜਰੀਏ ਭੁਗਤਾਨ ਕਰਦੇ ਹੋ ਤੁਹਾਡੇ ਲਈ ਇਸ ਤਬਦੀਲੀ ਨੂੰ ਜਾਣਨਾ ਬਹੁਤ ਮਹੱਤਵਪੂਰਨ ਹੈ 1 ਸਤੰਬਰ ਤੋਂ 50000 ਰੁਪਏ ਤੋਂ ਵੱਧ ਦੇ ਚੈੱਕ ਜਾਰੀ ਕਰਨ ਵੇਲੇ ਤੁਹਾਨੂੰ ਕੁਝ ਬਦਲੇ ਹੋਏ ਨਿਯਮਾਂ ਦਾ ਧਿਆਨ ਰੱਖਣਾ ਹੋਵੇਗਾ ਅਸਲ ਦੇ ਵਿੱਚ ਬੈਂਕਾਂ ਨੇ ਕੁਝ ਹੁਣ ਸਕਾਰਾਤਮਕ ਤਨਖਾਹ ਪ੍ਰਣਾਲੀ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ ਬਹੁਤੇ ਬੈਂਕ 1 ਸਤੰਬਰ ਤੋਂ PPS ਲਾਗੂ ਕਰਨ ਜਾ ਰਹੇ ਹਨ ਐਕਸੈਸ ਬੈਂਕ ਅਗਲੇ ਮਹੀਨੇ ਤੋਂ ਪੋਜ਼ਿਟਿਵ ਅਪੇ ਸਸ਼ਟਮਾ ਸ਼ੁਰੂ ਕਰਨ ਜਾ ਰਿਹਾ ਤੇ PNB ਬਚਤ ਖਾਤੇ ਤੇ ਮਿਲਣ ਵਾਲਾ ਵਿਆਜ ਘਟੇਗਾ ਜੀ ਹਾਂ ਦੋਸਤੋ ਪੰਜਾਬ ਨੈਸ਼ਨਲ ਬੈਂਕ ਦੇ ਖਾਤਾਧਾਰਕਾਂ ਨੂੰ ਅਗਲੇ ਮਹੀਨੇ ਤੋਂ ਆਰਥਿਕ ਝਟਕਾ ਲੱਗਣ ਵਾਲਾ ਦਰਸਲ ਪੰਜਾਬ ਨੈਸ਼ਨਲ ਬੈਂਕ 1 ਸਤੰਬਰ 2021 ਤੋਂ ਬਚਤ ਖਾਤਿਆਂ ਵਿੱਚ ਜਮ੍ਹਾਂ ਰਕਮਾਂ ਤੇ ਵਿਆਜ ਦਰ ਘਟਾਉਣ ਜਾ ਰਿਹਾ ਤੇ ਇਹ ਜਾਣਕਾਰੀ ਬੈਂਕ ਦੀ ਅਧਿਕਾਰਤ ਵੈਬਸਾਈਟ ਤੋਂ ਪ੍ਰਾਪਤ ਕੀਤੀ ਗਈ ਹੈ। ਬੈਂਕ ਨੇ ਬਚਤ ਖਾਤਿਆਂ ਤੇ ਵਿਆਜ ਦਰਾਂ ਨੂੰ ਸਾਲਾਨਾ 3% ਤੋਂ ਘਟਾ ਕੇ 2.90% ਕਰਨ ਦਾ ਫੈਸਲਾ ਕੀਤਾ ਹੈ ਤੇ ਬੈਂਕ ਦੇ ਇਸ ਫੈਸਲੇ ਦੇ ਨਾਲ ਨਵੇਂ ਅਤੇ ਪੁਰਾਣੇ ਦੋਵੇਂ ਖਾਤਾਧਾਰਕ ਪ੍ਰਭਾਵਿਤ ਹੋਣਗੇ। ਮਦਰਾਸ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ 1 ਸਤੰਬਰ ਤੋਂ ਜਦੋਂ ਵੀ ਨਵਾਂ ਵਾਹਨ ਵੇਚਿਆ ਜਾਂਦਾ ਹੈ ਉਸ ਦਾ ਬੰਪਰ ਟੂ ਬੰਪਰ ਬੀਮਾ ਹੁਣਾ ਚਾਹੀਦਾ ਤੇ ਇਹ ਬੀਮਾ 5 ਸਾਲ ਦੀ ਮਿਆਦ ਦੇ ਲਈ ਵਾਹਨ ਦੇ ਡਰਾਈਵਰ ਯਾਤਰੀ ਅਤੇ ਮਾਲਕ ਨੂੰ ਕਵਰ ਕਰਨ ਵਾਲੇ ਬੀਮੇ ਤੋਂ ਇਲਾਵਾ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਬੰਪਰ ਟੂ ਬੰਪਰ ਬੀਮੇ ਦੇ ਵਿੱਚ ਵਾਹਨ ਦੇ ਉਹਨਾਂ ਹਿੱਸਿਆਂ ਨੂੰ ਵੀ ਕਵਰ ਕੀਤਾ ਜਾਵੇਗਾ ਜਿਨ੍ਹਾਂ ਨੂੰ ਬੀਮਾ ਕੰਪਨੀਆਂ ਆਮ ਤੌਰ ਤੇ ਕਵਰ ਨਹੀਂ ਕਰਦੀਆਂ OTT ਪਲੇਟਫਾਰਮ ਦਾ ਸਬਸਕ੍ਰਿਪਸ਼ਨ ਖਰੀਦਣਾ ਮਹਿੰਗਾ ਭਾਰਤ ਵਿੱਚ OTT ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ਦਾ ਸਬਸਕ੍ਰਿਪਸ਼ਨ 1 ਸਤੰਬਰ 2021 ਤੋਂ ਮਹਿੰਗਾ ਹੋ ਜਾਵੇਗਾ ਯੂਜ਼ਰਜ਼ ਨੂੰ بیس ਪਲਾਨ ਲਈ 399 ਰੁਪਏ ਦੀ ਬਜਾਏ ਹੁਣ 499 ਰੁਪਏ ਦੇਣੇ ਪੈਣਗੇ ਦੂਜੇ ਸ਼ਬਦਾਂ ਵਿੱਚ ਆਪਭੋਗਤਾਵਾਂ ਨੂੰ 100 ਰੁਪਏ ਵਾਧੂ ਅਦਾ ਕਰਨੇ ਪੈਣਗੇ ਤੇ ਇਸ ਤੋਂ ਇਲਾਵਾ ਯੂਜ਼ਰਜ਼ 899 ਰੁਪਏ ਦਾ ਵਿੱਚ ਐਪ ਨੂੰ ਦੋ ਫੋਨਾਂ ਵਿੱਚ ਚਲਾ ਸਕਣਗੇ ਤੇ ਇਸ ਸਬਸਕ੍ਰਿਪਸ਼ਨ ਦੇ ਵਿੱਚ 800 ਇਸ ਸਬਸਕ੍ਰਿਪਸ਼ਨ ਵਿੱਚ ਐਚਡੀ ਗੁਣਵੱਤਾ ਉਪਲਬਧ ਹੈ ਤੇ ਇਸ ਤੋਂ ਇਲਾਵਾ ਤੁਸੀਂ ਇਸ ਐਪ ਨੂੰ ਚਾਰ ਸਕਰੀਨਾਂ ਤੇ 1499 ਰੁਪਏ ਵਿੱਚ ਚਲਾ ਸਕੋਗੇ ਤੇ ਐਮਾਜ਼ਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕਾਰਨ ਲੌਜਿਸਟਿਕ ਲਾਗਤ ਵਧਾ ਸਕਦਾ ਹੈ ਤੇ ਇਹਦੇ ਨਾਲ 1 ਸਤੰਬਰ 2021 ਤੋਂ ਐਮਾਜ਼ਨ ਤੋਂ ਸਾਮਾਨ ਖਰੀਦਣਾ ਮਹਿੰਗਾ ਹੋ ਜਾਵੇਗਾ ਅਜਿਹੀ ਸਥਿਤੀ ਵਿੱਚ 500 ਗ੍ਰਾਮ ਦੇ ਪੈਕੇਜ ਲਈ 48 ਸੌਰੀ 58 ਰੁਪਏ ਦੇਣੇ ਪੈ ਸਕਦੇ ਹਨ ਤੇ ਇਸ ਦੇ ਨਾਲ ਹੀ ਖੇਤਰੀ ਲਾਗਤ 36.50 ਰੁਪਏ ਹੋਵੇਗੀ ਤੇ ਬਹੁਤ ਸਾਰੇ ਐਪਸ ਦੇ ਪਾਬੰਦੀ ਲਗਾਈ ਜਾਵੇਗੀ Google ਦੀ ਨਵੀਂ ਪਾਲਿਸੀ 1 ਸਤੰਬਰ 2021 ਤੋਂ ਲਾਗੂ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਫਰਜੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਐਪਸ ਤੇ 1 ਸਤੰਬਰ ਤੋਂ ਪਾਬੰਦੀ ਲਗਾਈ ਜਾਵੇਗੀ ਤੇ Google ਨੇ ਆਪਣੇ ਬਲੌਗ ਪੋਸਟ ਵਿੱਚ ਦੱਸਿਆ ਕਿ ਜਿੰਨਾ ਐਪਸ ਨੂੰ ਐਪ ਡਿਵੈਲਪਰਾਂ ਦੁਆਰਾ ਲੰਬੇ ਸਮੇਂ ਤੋਂ ਨਹੀਂ ਵਰਤਿਆ ਗਿਆ ਉਹਨਾਂ ਨੂੰ ਬਲੌਕ ਕਰ ਦਿੱਤਾ ਜਾਵੇਗਾ ਦਰਸਾਲ ਗੂਗਲ ਪਲੇ ਸਟੋਰ ਦੇ ਨਿਯਮਾਂ ਨੂੰ ਪਹਿਲਾਂ ਨਾਲੋਂ ਸਖਤ ਬਣਾਇਆ ਜਾ ਰਿਹਾ ਹੈ ਤੇ ਆਦੇ ਨਾਲ ਹੀ ਗੂਗਲ ਡਰਾਈਵ ਉਪਭੋਗਤਾਵਾਂ ਨੂੰ 13 ਸਤੰਬਰ ਨੂੰ ਇੱਕ ਨਵਾਂ ਸੁਰੱਖਿਆ ਅਪਡੇਟ ਮਿਲੇਗਾ ਤੇ ਇਹਦੀ ਵਰਤੋਂ ਨੂੰ ਪਹਿਲਾਂ ਨਾਲੋਂ ਵਧੇਰੇ ਸੁਰੱਖਿਅਤ ਹੋ ਜਾਵੇਗੀ ਤੇ 1 ਸਤੰਬਰ ਤੋਂ LPG ਦੀਆਂ ਕੀਮਤਾਂ ਅਤੇ ਸਮੇਂ ਧੂਮਾ ਵਿੱਚ ਬਦਲਾਅ ਹੋਵੇਗਾ ਤੁਹਾਨੂੰ ਦੱਸ ਦੇ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਘਰੇਲੂ ਰਸੋਈ ਗੈਸ ਦੇ ਵਪਾਰਕ ਸਰੰਡਰਾਨਾ ਨਮਾ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਜਾਂਦਾਂ ਹਨ